ਅਕਾਲ ਐਂਡ ਨਮਸਤੇ ਐਂਡ ਵੈਲਕਮ ਬੈਕ ਟੂ ਰੋਰੋ ਟਵਿਟਸ ਚੈਨਲ। ਸੋ ਗਾਇਸ, ਕਿਦਾਂ ਸਾਰੇ ਤੁਸੀਂ? ਉਹ ਸਾਰੇ ਵਧੀਆ ਹੋ ਗਏ। ਸੋ ਵੀ ਆਰ ਬੈਕ ਵਿਦ ਅਨਦਰ ਰਿਐਕਸ਼ਨ ਵੀਡੀਓ ਵਿਚ ਇਜ਼ ਕਰਨ ਔਜਲਾ। ਕਰਨ ਔਜਲਾ ਦੇ ਸੌਂਗ ਤੇ ਅਸੀਂ ਰਿਐਕਟ ਕਰਨ ਲੱਗੇ ਵਿਚ ਗਾਣੇ ਦਾ ਨਾਮ ਕੀ ਹੈ? ਪਲੇਅਰਸ। ਪਲੇਅਰਸ ਜੋ ਕਿ ਉਹਨੇ ਪਾਸ਼ਾ ਨਾਲ ਮਤਲਬ ਕਰਨ ਔਜਲਾ ਪਾਸ਼ਾ ਦੋਨੇ ਕਮਾਲ ਦੇ ਸਿੰਗਰ ਹੈ ਗਾਇਸ। ਉਹ ਨੂੰ ਪਤਾ ਗਾਣਾ ਬਹੁਤ ਜ਼ਿਆਦਾ ਚੱਲ ਰਿਹਾ ਰੀਲਸ ਉੱਤੇ। ਰੀਲਸ ਤੇ ਟਿਕਟੋਕ ਤੇ ਹਰ ਜਗ੍ਹਾ ਚੱਲ ਰਿਹਾ ਕਿ ਅਸੀਂ ਹੁਣ ਤੁਹਾਡੇ ਨਾਲ ਦੇਖਾਂਗੇ ਗਾਣੇ ਨੂੰ ਗਾਇਸ। ਯੈਸ ਗਾਇਸ, ਚਲੋ ਉਸ ਪ੍ਰੋਡਕਸ਼ਨ ਸਟਾਰਟ ਕਰਦੇ ਗਾਇਸ। ਓਕੇ ਰੁਸੀ ਨੂੰ ਕੁਚੀਆ ਕੋਈ ਕਹਿਣਾ ਸੋਹਣਿਆ ਇੰਨਾ ਕਤਾ ਕਰਨਾ ਹੀ ਪੈਣਾ ਸੋਹਣਿਆ ਸੋਹਣਿਆ ਸਵਾਕੀ ਕਲਾਈ ਸੜਦੀ ਨਾ ਕਨੈਕਟ ਕੀਤਾ ਦੀ ਮਸ਼ੀਨ ਪੈ ਬੋਏ ਔਨ ਦ ਟ੍ਰੈਕ ਬੇਬੀ ਕਰ ਬਾਉਂਸ ਜਿਸੇ ਹਿਟਰ ਹੋ ਕੇ ਚੈੱਕ ਸਰ ਪਹਿ ਕਰਾਉਂ ਬੇਬੀ ਨੋ ਕੈਪ ਸਿੱਕ ਮੇਰੀ ਟ੍ਰਿਪ ਮੇਰੀ ਸਿੱਕ ਬੋ ਕੈਪ ਬੱਚੇ ਬੱਚੇ ਗੋਰਟ ਮੇਰਾ ਰੈਪ ਬੇਬੀ ਮਾਈਂਡ ਹੋਤੇ ਬਲੋ ਜਬ ਬੀਟ ਕਰੇ ਸਲੈਪ ਦਸ ਮੈਂ ਸੇ ਦਸ ਤੂੰ ਮੈਂ ਦਸ ਮੈਂ ਸੇ ਬੀਸ ਤੇਰੇ ਸਿਵਾ ਕੇ ਨਾ ਕਿਸੇ ਕੇ ਬੋਲੂੰ ਪਲੀਜ਼ ਭਰ ਕੇ ਨਾ ਲੈ 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 ਕੁਝ ਕੀ ਕਮੀਜ਼ ਤੇਰੇ ਪਿੱਛੇ ਪੂਰਾ ਟਾਊਨ ਮੇਰੇ ਪਿੱਛੇ ਹੈ ਪੁਲੀਸ ਬੇਬੀ ਯੂ ਆਰ ਅ ਗੁੱਡ ਗਰਲ ਐਂਡ ਆਮ ਅ ਬੈਡ ਬੋਏ ਮੇਰਾ ਲਾਈਫ ਸਟਾਈਲ ਹੈ ਥੋੜਾ ਫਲੈਮ ਬੋਏ ਆਈ ਗਾਟ ਇਟ ਆਈ ਫਲੌਂਟ ਇਟ ਦੀ ਓਨਲੀ ਟਾਈਮ ਆਈ ਗਿਵ ਅ ਫੱਕ ਇਜ਼ ਵੈਨ ਸ਼ੀ ਵਾਂਟ ਇਟ ਚਾਏ ਹਨੀ ਹਾਏ ਹਨੀ ਸੁਣਦੀ ਹੈ ਬੈਪਨੀ ਬੈਪਨੀ ਮੈਂ ਖਾਣਾ ਕਹਿੰਦੀ ਲੈਬਨੀ ਜਦਾਉ ਮਨੀ ਲੈ ਤੂੰ ਕਹਿੰਦੀ ਟਿਫਨੀ ਸੌ ਫਨੀ ਲੱਗਦੀ ਹੈ ਰੈਚਲੀ ਤੂੰ ਰੈਚਲੀ ਸੋਹਣੀ ਹੈ ਲੈਸ਼ ਤੇਰੀ ਤੂੰ ਜਿਵੇਂ ਬਿੱਲੀ ਤੇਰੇ ਤੋਂ ਵਾਰ ਦੇ ਮਾਂ ਮੈਂ ਫਿਊ ਮਿਲੀ ਇਸ ਤੈਨੂੰ ਲੱਗੀ ਜੋ ਕਰਾਈ ਸੌਸਲੀ ਮੈਨੂੰ ਕਹਿੰਦੀ ਸਰਦਾ ਨਹੀਂ ਜੱਟਾਂ ਨਾਲੇ ਔਖਾ ਮੈਨੂੰ ਕਹਿੰਦੀ ਚਾਹ ਨਹੀਂ ਪੀਣੀ ਪੀਣੀ ਮੌਕਾ ਕਹਿੰਦੀ ਮੈਨੂੰ ਹੁਣ ਤਾਂ ਤੂੰ ਲੈ ਜਾ ਮਕਸੀ ਕੋਵੇ ਨੱਕ ਵੱਲ ਦੇਖ ਜੱਟਾਂ ਪਾ ਲਿਆ ਮੈਂ ਕੋਕਾ ਕਦੇ ਕਹਿੰਦੀ ਆਹ ਲੈ ਲਓ ਤੇ ਉਹ ਲੈ ਲਓ ਖੜੀਆਂ ਵੀ ਮੈਚਿੰਗ ਆ ਜੀ ਦੋ ਲੈ ਲਓ ਲੈਂਬੂਆਂ ਵੀ ਕਰਨੀਆਂ ਨੇ ਸ਼ੋਅ ਲੈ ਲਓ ਤੇ ਮੈਨੂੰ ਕਹਿੰਦੀ ਯੂ ਬਲਾ ਕਮੀ ਆ ਲਓ ਗੀਤਾ ਦੀ ਮਸ਼ੀਨ ਕਰਨ ਔਜਲਾ ਤੇ ਬੈਡ ਬੋਏ ਬਾਦਸ਼ਾਹ ਮੈਨੂੰ ਨੀ ਪਤਾ ਸੀ ਬਾਦਸ਼ਾਹ ਜਦੋਂ ਕੋਲੈਬੋਰੇਸ਼ਨ ਕਰੇਗਾ ਤੇ ਇਹਨਾਂ ਦੀ ਚੰਗੀ ਵੋਇਸ ਹੋ ਜਾਣੀ ਹੈ ਲੜਕੀਆਂ ਦੋ ਬੈਠੀ ਸੀ ਆਪਸ ਚ ਪਹਿਲਾਂ ਤੇ ਬੜੀ ਸੋਹਣੀ ਲੱਗਦੀ ਸੀ ਜਿਸ ਤਰ੍ਹਾਂ ਉੱਠੀ ਤੇ ਫਿਰ ਅਸੀਂ ਵੀ ਇੰਜ ਹੋ ਗਏ ਮਤਲਬ ਠੀਕ ਹੈ ਮਤਲਬ ਵਾਕਈ ਸਹੀ ਪੰਜਾਬੀ ਗਾਣਾ ਹੈ ਤੇ ਉਹਨਾਂ ਦੀ ਵੀਡੀਓ ਦੇਖ ਕਿੰਨੀ ਮਸਤ ਬਣਾਈ ਹੋਈ ਉਹਨਾਂ ਨੇ ਪਿੱਛੇ ਬੈਕਗ੍ਰਾਉਂਡ 'ਚ ਜਿਹੜੀ ਲੜਕੀ ਡਾਂਸ ਕਰ ਰਹੀ ਹੈ ਉਹਨਾਂ ਦਾ ਕੋਸਟਿਊਮ ਚੈੱਕ ਕਰੋ ਫਨੀ ਵੀ ਸੀ ਇੱਕ ਹੋਰ ਵੀ ਪੁਰਾਣਾ ਟੱਚ ਵੀ ਦਿੱਤਾ ਇਹਨਾਂ ਨੇ ਥੋੜਾ ਪੁਰਾਣਾ ਯੂ ਨੋ ਗ੍ਰੇ ਐਂਡ ਵਾਈਟ ਕਰਕੇ ਵੀਡੀਓ ਨੂੰ ਮੈਨੂੰ ਕੁੜੀ ਦੀ ਆਵਾਜ਼ ਬਹੁਤ ਸੁਣਦੀ ਔਰ ਸਪੈਸ਼ਲ ਮੇਰੀ ਨਜ਼ਰਾਂ ਨਾਲ ਸਪੈਸ਼ਲ ਗੱਡੀਆਂ ਦਿੱਤੇ ਸੀ ਉੱਥੇ ਓ ਮਾਈ ਗੋਡ ਇੰਨੀ ਕਲਰਫੁਲ ਗੱਡੀਆਂ ਬਲੂ ਯੈਲੋ ਬਲੈਕ
ਵੀਡੀਓ ਬਹੁਤ ਕਮਾਲ ਦੀ ਹੈ ਕਰਨ ਔਜਲਾ ਜਿਹੜੇ ਗਾਣੇ ਚ ਹੋਏ ਤੇ ਉਹਦੇ ਵਿੱਚ ਗੱਡੀਆਂ ਨਾ ਹੋਏ ਤੇ ਉਹ ਗਾਣਾ ਹੋ ਹੀ ਨਹੀਂ ਸਕਦਾ ਲਾਈਕ ਜ਼ਿਆਦਾ ਜੋ ਹੈ ਨਾ ਫੈਸ਼ਨ ਨੂੰ ਵੀ ਵੇਖਿਆ ਜਾਂਦਾ ਉਹਦੇ ਵਿੱਚ ਇੱਕ ਇੱਕ ਨੰਬਰ ਦੀ ਚੀਜ਼ ਆ ਲਾਈਕ ਵੈਰੀ ਗੁੱਡ ਤੇ ਦੋਨੋ ਰੈਪਰਸ ਹੈਗੇ ਯੈਸ ਤੇ ਇਟ ਇਜ਼ ਅ ਬਿਗ ਥਿੰਗ ਲਾਈਕ ਕਰਨ ਔਜਲਾ ਤੇ ਬੈਡ ਬੋਏ ਲੜਕੀ ਦੀ ਆਵਾਜ਼ ਸਾਦਾ ਚੰਗੀ ਸੀ ਕਿਉਂਕਿ ਚਾਲੂ ਹੋ ਹੀ ਰਿਹਾ ਨਾ ਬਾਦਸ਼ਾਹ ਤਾਂ ਚੇਂਜ ਨਹੀਂ ਲੱਗ ਰਿਹਾ ਲਾਈਕ ਥੋੜਾ ਪਤਲਾ ਲੱਗ ਰਿਹਾ ਥੋੜਾ ਯੂ ਨੋ ਲੇਕਿਨ ਕਰਨ ਔਜਲਾ ਨੂੰ ਵੇਖਣ ਹੀ ਇਹ ਸੌਂਗ ਮਤਲਬ ਸੁਣਿਆ ਹੋਇਆ ਸਾਰਾ ਕਿੰਨਾ ਫਾਇਦਾ ਹੋਗਾ ਨੀ ਜਦੋਂ ਦੋ ਸਿੰਗਰਸ ਆਪਸ ਚ ਕੋਲੈਬੋਰੇਸ਼ਨ ਕਰਦੇ ਦੋਨਾਂ ਦੀ ਡਿਫਰੈਂਟ ਆਡੀਅੰਸ ਹੁੰਦੀ ਹੈ ਲਾਈਕ ਉਸ ਤਰਫ ਤੋਂ ਵਿਊਜ਼ ਵੀ ਆ ਗਏ ਕਿਉਂਕਿ ਬਾਦਸ਼ਾਹ ਜੋ ਹੈ ਉਹ ਬਾਲੀਵੁੱਡ ਤੋਂ ਆਇਆ ਠੀਕ ਹੈ ਕਰਨ ਔਜਲਾ ਤੇ ਵੈਸੇ ਹੀ ਪੰਜਾਬ ਦਾ ਉਹ ਵੀ ਪੰਜਾਬ ਦਾ ਹੀ ਹੈ ਬਟ ਕਾਫੀ ਦੇਰ ਬਾਅਦ ਲਾਈਕ ਤੁਸੀਂ ਪੰਜਾਬੀ ਸਿੰਗਰ ਨਾਲ ਜਦੋਂ ਕੱਢਦੇ ਹੋ ਨਾ ਇਟਸ ਅ ਬਿਗ ਥਿੰਗ ਲਾਈਕ ਬਾਦਸ਼ਾਹ ਨੂੰ ਕਰਨੇ ਚਾਹੀਦੇ ਸੌਂਗ ਮੈਨੂੰ ਲੱਗਦਾ ਕਿ ਕਰਨ ਔਜਲਾ ਦੇ ਨਾਲ ਜਿਹੜਾ ਵੀ ਸਿੰਗਰ ਕਰੇਗਾ ਕੋਲੈਬੋਰੇਸ਼ਨ ਤੇ ਉਹ ਗਾਣਾ ਤੇ ਚੱਲਣਾ ਹੀ ਹੈ ਯੈਸ ਸੰਡੇ ਦਿਨ ਹੁੰਦਾ ਇਸ ਤੋਂ ਪਹਿਲਾਂ ਇੱਕ ਗਾਣਾ ਆਇਆ ਸੀ ਬਲੈਕ ਬਰਾਊਨ ਵਾਈਟ ਹੈ ਨਾ ਉਸ ਸਿੰਗਰ ਉਹਦੇ ਵਿੱਚ ਵੀ ਤੁਸੀਂ ਦੇਖੋ ਤੇ ਬਾਦਸ਼ਾਹ ਕਹਿੰਦੇ ਕਰਨ ਔਜਲਾ ਕਰਨ ਔਜਲਾ ਨੇ ਵਿਚ ਕੀਤੀ ਸੀ ਕੋਲੈਬੋਰੇਸ਼ਨ ਲੇਕਿਨ ਚੱਲਿਆ ਵੀ ਕਰਨ ਔਜਲਾ ਕਰਨ ਔਜਲਾ ਦਾ ਹੈ ਨਾ ਤੇ ਕਰਨ ਔਜਲਾ ਦੇ ਜਿੰਨੇ ਵੀ ਫੈਨ ਹੈਗੇ ਨਾ ਉਹ ਜ਼ਰੂਰ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਕਿ ਤੁਹਾਨੂੰ ਕਿਦਾਂ ਲੱਗੇਗਾ ਅੱਜ ਕੱਲ ਕੁਝ ਗਿਨੇ ਚੁਣੇ ਸਿੰਗਰ ਸੀ ਟੌਪ ਤੇ ਚੱਲ ਰਹੇ ਆ ਸਿੱਧੂ ਮੂਸੇਵਾਲੇ ਦੇ ਬਾਅਦ ਸ਼ੁਭ ਹੋ ਗਿਆ ਸ਼ੁਭ ਤੇ ਵਿਚਾਰਾ ਇੱਕ ਗਾਣਾ ਕੱਢ ਕੇ ਤੇ ਜਾਂਦਾ ਪਤਾ ਨਹੀਂ ਫਿਰ ਕਦੋਂ ਆਉਂਦਾ ਆਹੋ ਉਹਦਾ ਨਹੀਂ ਪਤਾ ਲੱਗਦਾ ਗਾਣਾ ਵੀ ਚੱਲਦਾ ਰਹਿੰਦਾ ਗਾਇਸ ਐਗਜ਼ੈਕਟਲੀ ਤੇ ਮੈਂ ਤੇ ਚਾਹੁੰਦੀ ਹਾਂ ਕਿ ਉਹਨੂੰ ਵੀ ਆਉਣਾ ਚਾਹੀਦਾ ਵਾਪਸ ਲਾਈਕ ਹਰ ਸੌਂਗ ਸੀ ਉਹਦਾ ਲਾਸਟ ਆਹੋ ਹਰ ਸੌਂਗ ਉਹਦੇ ਬਾਅਦ ਪਤਾ ਨਹੀਂ ਔਰ ਸਭ ਤੋਂ ਵਧੀਆ ਗਾਣੇ ਦੇ ਵਿੱਚ ਮੈਨੂੰ ਤਾਂ ਕੀ ਲੱਗਾ ਇਹਨਾਂ ਦੀ ਵੀਡੀਓ ਬੜੀ ਅੱਛੀ ਸੀ ਟੌਪ 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 ਲੈਵਲ ਦੀ ਇਹਨਾਂ ਨੇ ਐਡੀਟਿੰਗ ਕੀਤੀ ਦੀ ਹੈ ਮਤਲਬ ਹਰ ਸੈਕਿੰਡ ਬਾਅਦ ਤੁਸੀਂ ਦੇਖੋ ਲੋਕੇਸ਼ਨ ਚੇਂਜ ਜਗ੍ਹਾ ਚੇਂਜ ਲੜਕੀ ਚੇਂਜ ਲੜਕਾ ਚੇਂਜ ਸਾਰਾ ਕੁਝ ਚੇਂਜ ਲਾਈਕ ਵੀਡੀਓਸ ਬਹੁਤ ਅੱਛੀ ਹੁੰਦੀ ਕਰਨ ਔਜਲਾ ਦੀ ਹਮੇਸ਼ਾ ਵੌਇਸ ਮਤਲਬ ਕੋਲੈਬੋਰੇਸ਼ਨ ਵੀਡੀਓ ਸਾਰਾ ਕੁਝ ਬਹੁਤ ਵਧੀਆ ਸੀ ਆਲ ਗੁੱਡ ਆਲ ਪਰਫੈਕਟ ਬਹੁਤ ਹੀ ਪਰਫੈਕਟ ਚੀਜ਼ ਅਗਰ ਕੋਈ ਬਣਾਉਂਦਾ ਨਾ ਕਰਨ ਔਜਲਾ ਦੀ ਵੀਡੀਓਜ਼ ਹੁੰਦੀ ਹੈ ਦੇਖਣ ਵਾਲੀ ਪਰ ਅੱਜ ਕੱਲ ਕਰਨ ਔਜਲਾ ਹੀ ਛਾਇਆ ਦਾ ਬਿਕੋਜ਼ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਕਰਨ ਔਜਲਾ ਦੀ ਆਵਾਜ਼ ਹੀ ਚੰਗੀ ਹੈ ਉਹਦੀ ਵੀਡੀਓ ਵੀ ਬਹੁਤ ਕਮਾਲ ਦੀ ਹੁੰਦੀ ਦੋਨੋਂ ਬਰਾਬਰ ਸਮਟਾਈਮ ਜਜ ਹੁੰਦਾ ਕਿ ਤੁਹਾਡਾ ਗਾਣਾ ਅੱਛਾ ਹੁੰਦਾ ਹੈ ਤੁਹਾਡੀ ਵੀਡੀਓ ਨਹੀਂ ਚੰਗੀ ਹੁੰਦੀ ਇੱਥੇ ਇੱਥੇ ਟੌਪ ਤੇ ਦੋਨੋਂ ਚੀਜ਼ਾਂ ਸੀ ਮਤਲਬ ਬਾਦਸ਼ਾਹ ਤੇ ਮਤਲਬ ਕਿੰਨਾ ਪੁਰਾਣਾ ਬਾਦਸ਼ਾਹ ਤੇ ਸੀ ਬਚਪਨ ਤੋਂ ਸਾਰੇ ਛਾਇਆ ਨਾ ਉਹ ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ ਆਹੋ ਤੇ ਬਾਦਸ਼ਾਹ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਮੈਂ ਤੇ ਕਹਿੰਦੀ ਗਾਇਸ ਅਸੀਂ ਕੁਝ ਦਿਨ ਪਹਿਲਾਂ ਸਟੋਰੀ ਵੇਖੀ ਕਰਨ ਔਜਲਾ ਦੀ ਤੁਸੀਂ ਅਗਰ ਇੰਸਟਾਗ੍ਰਾਮ ਤੇ ਉਹਨੂੰ ਫੋਲੋ ਕਰਦੇ ਹੋ ਤੁਸੀਂ ਜ਼ਰੂਰ ਦੇਖਿਆ ਹੋਏਗਾ ਕਿ ਉਹਨਾਂ ਨੇ ਕਿੰਨੇ ਸੋਹਣੇ ਲੱਗ ਰਹੇ ਸੀ ਪੰਕਤੀ ਵਿੱਚ ਗਾਇਸ ਕਿ ਉਹਨਾਂ ਦੀ ਉਹ ਜਿਹੜੀ ਵੀਡੀਓ ਸੀ ਨਾ ਉਹਦੇ ਵਿੱਚ ਲੋਕਾਂ ਨੇ ਸਕਰੀਨਸ਼ਾਟ ਲੈ ਕੇ ਹਾਂ ਸਕਰੀਨਸ਼ਾਟ ਲੈ ਕੇ ਨਾ ਲੋਕਾਂ ਨੇ ਤੇ ਵਾਇਰਲ ਕਰ ਦਿੱਤੀ ਯਾਰ ਕਿੰਨਾ ਸੋਹਣਾ ਲੱਗ ਰਿਹਾ ਬੰਦਾ ਬਹੁਤ ਸੋਹਣਾ ਮੈਨੂੰ ਤੇ ਪਹਿਲੇ ਲੱਗਿਆ ਹੀ ਨਹੀਂ ਕਿ ਕਰਨ ਔਜਲਾ ਮੈਂ ਕਿਹਾ ਵਾਹ ਇਹਨੂੰ ਤੇ ਮਤਲਬ ਬਾਣੀ ਚਾਹੀਦੀ ਹੈ ਵੈਸੇ ਮੈਂ ਤੇ ਕਹਿੰਦੀ ਹਾਂ ਕਿ ਕਰਨ ਔਜਲਾ ਨੂੰ ਨਾ ਹੁਣ ਜਿਹੜੀ ਅਗਲੀ ਵੀਡੀਓ ਉਹ ਗਾਉਂਦੇ ਆ ਨਾ ਜੋ ਵੀ ਗਾਣਾ ਆਉਂਦਾ ਪੱਗ ਵਿੱਚ ਹੋਣਾ ਚਾਹੀਦਾ ਆਹੋ ਬਹੁਤ ਹੀ ਟੌਪ ਦਾ ਗਾਣਾ ਹੋਏਗਾ ਤੇ ਉਹਨੇ ਪਿੱਛੇ ਗਾਣਾ ਵੀ ਇਹ ਲਾਇਆ ਦਾ ਸੀ ਪਲੇਅਰ ਸੌਂਗ ਲਾਇਆ ਦਾ ਸੀ ਇਹੀ ਸੀ ਜਦੋਂ ਉਹਨਾਂ ਦਾ ਸੀ ਰਿਐਕਸ਼ਨ ਦਿੱਤਾ ਨਾ ਅੱਜ ਤੇ ਮੈਂ ਤੇ ਕਹਿੰਦੀ ਹਾਂ ਕਿ ਉਹਨਾਂ ਦੀ ਕੋਈ ਵੀਡੀਓ ਆਏ ਜਿਹਦੇ ਵਿੱਚ ਉਹ ਪੱਗ ਵਿੱਚ ਹੋਏ ਪੱਗ ਵਿੱਚ ਸਾਰਾ ਉਹਨਾਂ ਦਾ ਉਹ ਗਾਣਾ ਤੇ ਫਿਰ ਇੰਜ ਚੱਲੇਗਾ ਨਾ ਬਾਈਸ ਗਾਈਸ ਤੇ ਹੋ ਫਿਰ ਤੁਸੀਂ ਵੇਖੀ ਹੋਗੀ ਤੁਸੀਂ ਜੇ ਕੋਈ ਆਖੇ ਉਹਨਾਂ ਦੇ ਇੰਸਟਾਗ੍ਰਾਮ ਪੇਜ ਨਹੀਂ ਤੇ ਥੱਲੇ ਇੱਥੇ ਇਹ ਨਾ ਅਸੀਂ ਉਹਨੇ ਸਟੋਰੀ ਜ਼ਰੂਰ ਮਤਲਬ ਉਹ ਹਾਈਲਾਈਟ ਕੀਤੀ ਹੋਣੀ ਅਸੀਂ ਆਪਣੇ ਥੰਬਨੇਲ ਤੇ ਵੀ ਉਹ ਸ਼ੋਅ ਕਰ ਦਾਂਗੇ ਠੀਕ ਹੈ ਤੁਸੀਂ ਉੱਥੇ ਵੇਖ ਲਿਓ ਆਹੋ ਮੈਂ ਜਲਦੀ ਜਲਦੀ ਸਕਰੀਨਸ਼ਾਟ ਲੈ ਰਹੀ ਸੀ ਮੈਂ ਕਿਹਾ 24 ਘੰਟੇ ਬਾਅਦ ਸਟੋਰੀ ਆ ਜਾਂਦੀ ਹੈ ਮੈਂ ਲਵਾਂਗੀ ਪਰ ਬਹੁਤ ਬਹੁਤ ਸੋਹਣਾ ਲੱਗ ਰਿਹਾ ਸੀ ਉਹ ਤੇ ਮੈਂ ਚਾਹੁੰਦੀ ਦੋਨੋਂ ਆਪਸ 'ਚ ਹੋਰ ਵਧੀਆ ਵਧੀਆ ਸੌਂਗ ਕੱਢੇ ਕਿਉਂਕਿ ਹੁਣ ਕਰਨ ਔਜਲਾ ਕੱਲਾ ਤੇ ਮੈਨੂੰ ਚੰਗਾ ਨਹੀਂ ਲੱਗਦਾ ਉਹਦੇ ਨਾਲ ਕੋਈ ਨਾ ਕੋਈ ਮੈਨੂੰ ਵੀ ਇਸ ਤਰ੍ਹਾਂ ਸੀ ਪਿਛਲੀ ਵੀਡੀਓ ਦੇ ਵਿੱਚ ਹੁਣ ਬਾਦਸ਼ਾਹ ਸੀ ਹੁਣ ਸ਼ੋਅ ਹੋਣਾ ਚਾਹੀਦਾ ਹਨ ਦੋਨਾਂ ਦੋ ਤੇ ਗਾਣਾ ਆਇਆ ਤੇ ਕਿੰਨਾ ਕਮਾਲ ਦਾ ਹੋ ਜਾਣਾ ਲਾਈਕ ਤੇ ਕਰਨ ਔਜਲਾ ਓ ਗੋਡ ਬਹੁਤ ਹੀ ਗਾਇਸ ਅਗਰ ਤੁਸੀਂ ਚਾਹੁੰਦੇ ਸੀ ਹੋਰ ਕੋਈ ਰਿਐਕਸ਼ਨ ਵੀਡੀਓ 'ਚ ਰਿਐਕਸ਼ਨ ਦੇਣੀ ਸੀ ਵੀਡੀਓ ਦੇ ਤੇ ਸਾਨੂੰ ਕਮੈਂਟ ਸੈਕਸ਼ਨ 'ਚ ਦੱਸਿਓ ਗਾਇਸ ਤੇ ਹੋਪ ਤੁਹਾਨੂੰ ਗਾਣਾ ਚੰਗਾ ਲੱਗਿਆ ਹੋਏਗਾ ਸਾਨੂੰ ਤੇ ਬਹੁਤ ਵਧੀਆ ਲੱਗੇ ਗਾਣਾ ਕਿਉਂਕਿ ਅਸੀਂ ਕੋਈ ਵੀ ਗਾਣਾ ਸੁਣਦੇ ਹਾਂ ਸਾਡਾ ਦਿਲ ਕਰਦੇ ਤੁਹਾਡੇ ਨਾਲ ਇੱਕ ਵਾਰ ਸੁਣੀਏ ਯੂ ਨੋ ਤੇ ਸਾਨੂੰ ਜ਼ਰੂਰ ਦੱਸਿਓ ਕਿ ਕਿਹੜੇ ਕਿਹੜੇ ਸੌਂਗ ਰਹਿ ਗਏ ਜੇ ਅਸੀਂ ਕਮੈਂਟ ਜਿਹਦੇ ਅਸੀਂ ਰਿਐਕਸ਼ਨ ਨਹੀਂ ਦਿੱਤਾ ਤੇ ਤੁਹਾਨੂੰ ਸਾਡੀ ਰਿਐਕਸ਼ਨ ਵੀਡੀਓ ਕਿਹੜੀ ਲੱਗੀ ਗਈ ਥੱਲੇ ਕਮੈਂਟ ਸੈਕਸ਼ਨ ਦੱਸਿਓ ਤੁਹਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਗਾਇਸ ਯੈਸ ਤੁਹਾਨੂੰ ਮਿਲਾਂਗੇ ਨੈਕਸਟ ਰਿਐਕਸ਼ਨ ਵੀਡੀਓ 'ਚ ਬਾਏ।